एस वेल दी अहम खबर पायल चिस्तरी ते बाल विकास वालों उलीके प्रोग्राम बेटी बचाओ बेटी पढ़ाओ तहत एक प्रोग्राम का आयोजन किया गया जिस च पायल विधानसभा दे विधायक लखबीर सिंह लखा मुख मेहमान रहे। इस दौरान ब्लाक दोराहा दे बाल विकास प्रोजेक्ट अफसर ने नवजमिया बच्चियां दे माता पिता नूं जन्मदिन दीआं वधाईआं दिंदिआं कहा कि बच्चियां नूं चंगी सेहत ते उच्च सिख्या ते वधिया संस्कार देण लई प्रेरित कीता जावे। नगर काउंसिल पायल दे प्रधान वल्लों भी औरतां दे अधिकारां प्रति जाणू करवाउंदिआं कहा कि ओह पंजाब सरकार दीआं स्कीमां घर घर पहुंचाउण लई वचनबद्ध ने। समाजिक सिक्ख्या इसत्री ਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਤਹਿਤ ਅੱਜ ਜੋ ਇੱਥੇ ਪੈਲ ਵਿਖੇ ਪ੍ਰੋਗਰਾਮ ਕੀਤਾ ਗਿਆ ਹੈ ਉਹਦੇ ਵਿੱਚ 30 ਬੱਚੀਆਂ ਨੂੰ ਬੇਬੀ ਗਰੂਮਿੰਗ ਕਿਟਸ ਪ੍ਰੋਵਾਈਡ ਕੀਤੀਆਂ ਗਈਆਂ ਨੇ। MLA ਸਰਦਾਰ ਲਖਵੀਰ ਸਿੰਘ ਲੱਖਾ ਜੀ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ। ਜੋ ਸਾਡਾ ਅੱਜ ਇਹ ਪ੍ਰੋਗਰਾਮ ਹੋਇਆ ਇਸੇ ਲੜੀ ਦੇ ਤਹਿਤ 144 ਕਿਟਸ ਸਾਨੂੰ ਪ੍ਰਾਪਤ ਹੋਈਆਂ ਨੇ ਜਿਹੜੀਆਂ ਅਲੱਗ ਅਲੱਗ ਪਿੰਡਾਂ ਦੇ ਵਿੱਚ ਜਾ ਕੇ ਅਲੱਗ ਅਲੱਗ ਛੋਟੀਆਂ ਬੱਚੀਆਂ ਨੂੰ ਦਿੱਤੀਆਂ ਜਾਣਗੀਆਂ ਅਤੇ ਨਾਲ ਹੀ ਉਸ ਪਿੰਡ ਦੇ ਜੋ ਉਸ ਪਿੰਡ ਦੇ ਪਤਵੰਤੇ ਸੱਜਣ ਨੇ ਜਾਂ ਆਮ ਪਬਲਿਕ ਨੂੰ ਬੁਲਾ ਕੇ ਅਵੇਅਰ ਕੀਤਾ ਜਾਊਗਾ ਕਿ ਲੜਕੀਆਂ ਨੇ ਜੋ ਉਹ ਲੜਕਿਆਂ ਦੇ ਬਰਾਬਰ ਹਰੇਕ ਖੇਤਰ ਦੇ ਵਿੱਚ ਬਰਾਬਰ ਚੱਲ ਰਹੀਆਂ ਨੇ ਅੱਗੇ ਚੱਲ ਰਹੀਆਂ ਨੇ। ਜਿਹੜੀ ਸਾਡੀ ਇਹ ਮੁਹਿੰਮ ਆ ਉਹਨੂੰ ਮੈਂ ਨੇਪਰੇ ਚੜ੍ਹਨ ਵਾਸਤੇ ਆਪਣੇ ਵਿਭਾਗ ਵੱਲੋਂ ਵਚਨਬੱਧ ਹਾਂ। ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਪੰਜਾਬ ਦੀ ਸਰਕਾਰ ਵੱਲੋਂ ਜਿਹੜਾ ਇਹ ਸਮਾਗਮ ਸ਼ੁਰੂ ਕੀਤਾ ਗਿਆ ਵੀ 1 ਮਹੀਨੇ ਤੋਂ 3 ਮਹੀਨੇ ਦੀਆਂ ਬੱਚੀਆਂ ਨੂੰ ਜਿਹੜੀਆਂ ਉਹਦੀਆਂ ਬੇਸਿਕ ਜ਼ਰੂਰਤਾਂ ਨੇ ਉਹਨਾਂ ਨੂੰ ਸਰਕਾਰ ਵੱਲੋਂ ਦਿੱਤਾ ਜਾ ਰਿਹਾ। ਇਹ ਸਾਡੀ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਸ਼ੁਰੂ ਕੀਤਾ ਜਿਸ ਤਰ੍ਹਾਂ 50% ਰਿਜ਼ਰਵੇਸ਼ਨ ਲੇਡੀਜ਼ ਨੂੰ ਦਿੱਤੀ, ਹੁਣ ਪੁਲਿਸ ਡਿਪਾਰਟਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ 33% ਉਹ ਜੇ ਰਿਜ਼ਰਵੇਸ਼ਨ ਦਿੱਤੀ ਅਤੇ ਨਾਲ ਦੀ ਨਾਲ ਜਿਹੜੀ ਮੁੰਡੇ ਕੁੜੀ 'ਚ ਅਨੁਪਾਤ ਜਿਹੜੀ ਪ੍ਰਤੀਸ਼ਤ ਆ ਘੱਟਦੀ ਜਾ ਰਹੀ ਉਹਨੂੰ ਬਰਾਬਰ ਕਰਨ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਮੇਂ 'ਤੇ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਂਦੇ। ਪਾਇਲ ਤੋਂ ਬਿਊਰੋ ਰਿਪੋਰਟ NC7 ਨਿਊਜ਼।